ਸੰਦੇ ਸਿਗਲ ਸਾਰਿਆਂ ਨੂੰ ਤੇ ਅਸੀਂ ਅੱਜ ਬਿਹਾਈਂਡ ਦਾ ਸੀਨਸ ਕਰਨੇ ਸੀ ਤੇ ਉਹ ਤੋਂ ਪਹਿਲਾਂ ਟੋਲ ਬੰਦ ਸੀਗਾ ਤੇ ਅਸੀਂ ਅੱਜ ਗਏ ਉੱਥੇ ਕਨਸਾਨ ਅੰਦੋਲਨ ਤੇ ਤੇ ਬਹੁਤ ਵਧੀਆ ਲੱਗਿਆ ਜਾ ਕੇ ਤੇ ਬਹੁਤ ਬੰਦਿਆਂ ਨੇ ਕਿਹਾ ਬਈ ਇਹ ਤੇ ਵੀ ਕੁਝ ਕਰੋ ਹਨਾ ਤੇ ਮੈਂ ਕਿਹਾ ਯਾਰ ਸੀਰੀਜ਼ ਅਸੀਂ ਕਰ ਰਹੇ ਹਾਂ ਬੇਸਿਕਲੀ ਤੇ ਜਿਵੇਂ ਜਦੋਂ ਹੁਣ ਦੁਬਾਰਾ ਮਾਰਕੀਟ ਮੰਨ ਲਓ ਇੰਡਸਟਰੀ ਚ ਇਹਦੇ ਚਾਹੇ ਪੰਜਾਬੀ ਚ ਅਸੀਂ ਕੱਲਾ ਗੈਂਗਸਟਰ ਬੇਸਡ ਚੀਜ਼ਾਂ ਨਹੀਂ ਕਰਨੀਆਂ ਗਈ ਚੀਜ਼ ਜਿਹੜੀਆਂ ਨੌਲੇਜ ਬੇਸਡ ਵੀ ਕਰਨੀਆਂ ਨੇ ਪੋਡਕਾਸਟ ਸਟਾਈਲ ਜਿਵੇਂ ਪੋਡਕਾਸਟ ਕੀਤਾ ਸੀਗਾ ਇੰਟਰਨੈਸ਼ਨਲ ਡਰੱਗ ਮਾਰਕੀਟ ਤੇ ਵੀ ਇਹੜੇ ਗੈਂਗਸ ਬਣਾਉਂਦਾ ਕੌਣ ਆ ਚਲਾਉਂਦਾ ਚਲਾਏ ਕਿਵੇਂ ਜਾਂਦੇ ਆ ਕਿੰਨਾ ਕੁ ਗਵਰਨਮੈਂਟ ਦਾ ਹੱਥ ਹੁੰਦਾ ਆ ਕਿੰਨਾ ਕੁ ਏਜੰਸੀਜ਼ ਦਾ ਹੱਥ ਹੁੰਦਾ ਆ ਉਸ ਤੋਂ ਬਾਅਦ ਜਿਹੜੀ ਡਰੱਗ ਮਾਰਕੀਟ ਰਿਲੇਟਡ ਬੇਸਡ 100 ਇਅਰਸ ਆਫ ਡਰੱਗ ਪੋਡਕਾਸਟ ਕੀਤਾ ਸੀਗਾ ਤੇ ਉਹਦੇ ਚ ਕੀ ਚੀਜ਼ਾਂ ਐਗਰੀਕਲਚਰ ਰਿ ਬਿਕਮ ਹੈ ਐਮਪਰ ਇਲੀਗਲ ਹੋਈ ਐਨੀਵੇਜ਼ ਉਹ ਆਪਾਂ ਬਾਅਦ ਕਰ ਕਰਦੇ ਆ ਬੇਸਿਕਲੀ ਅੱਜ ਆਪਾਂ ਗੱਲ ਕਰ ਰਹੇ ਆ ਵੀ ਯਾਰ ਸਾਡੇ ਆਪਾਂ ਨੂੰ ਕਿਉਂ ਕਿਸਾਨ ਦਾ ਜਿਹੜਾ ਪੁੱਤ ਆ ਉਹਨੂੰ ਕਿਉਂ ਹਰ ਵਾਰੀ ਜਾ ਕੇ ਸੜਕਾਂ ਦੇ ਬਹਿਣਾ ਪੈਂਦਾ ਹੈ ਰੀਜ਼ਨ ਕੀ ਹੈ ਬੇਸਿਕਲੀ ਕਈ ਵਾਰੀ ਲੋਕ ਕਹਿੰਦੇ ਆ ਵੀ ਯਾਰ ਯੂਗਸ ਆਰ ਫ੍ਰੀ ਜਾ ਕੇ ਸੜਕਾਂ ਤੋਂ ਸੜਕਾਂ ਦੇ ਬਹਿ ਜਾਂਦੇ ਆ ਵੈਨੈਵਰ ਯੂ ਫੀਲ ਲਾਈਕ ਯੂ ਜਸਟ ਬਲਾਕ ఎవਰੀਥਿੰਗ ਤੂੰ ਮੈਂ ਕੱਲੇ ਬੋਦੋਂ ਕੱਲੇ ਨੂੰ ਕੱਲੇ ਕਈ ਵਾਰ ਜਵਾਬ ਦਿੰਦਾ ਸੀਗਾ ਕਈ ਵਾਰ ਕੀ ਆਲਵੇਜ਼ ਜਦ ਮੈਂ ਸਭ ਦੇ ਸਾਹਮਣੇ ਕਹਿੰਦਾ ਹਾਂ ਗੱਲ ਮੈਂ ਯਾਰ ਸਾਨੂੰ ਕੋਈ ਸ਼ੌਂਕ ਨਹੀਂ ਗੋ ਸਟ੍ਰਾਈਟ ਸੈਟ ਔਨ ਦ ਰੋਡ ਟ੍ਰਾਈ ਸਟ੍ਰੇਂਗ ਅਵੇ ਫਰਮ ਯੂਰ ਹਾਊਸ ਫਾਰ ਸੋ ਲੌਂਗ ਤਬ ਜਿੰਨਾ ਜਿੰਨ ਨੂੰ ਨਹੀਂ ਪਤਾ ਗੱਲਾਂ ਹਨ ਤਾਂ ਉਹ ਸਮਝਾਉਣੀਆਂ ਪੈਂਦੀਆਂ ਸੀ ਉਹਨਾਂ ਨੂੰ ਤਾਂ ਹੁਣ ਤੇ ਅੱਜ ਕਾਫੀ ਬੰਦੇ ਨੇ ਕਿਹਾ ਮੈਂ ਯਾਰ ਮੈਂ ਲਾਈਵ ਹੋ ਕੇ ਪਾ ਦੇਣਾ ਰੈਦਰ ਥੈਨ ਕਿ ਜਿਹੜੇ ਅਸੀਂ ਸ਼ੋਅ ਕਰਨੇ ਆ ਇਸ ਰਿਲੇਟਿਡ ਜਿਹੜਾ ਅਸੀਂ ਕਨਸੈਪਟ ਲਾਂਚ ਕਰਨੇ ਆ ਉਹ ਅਜੇ ਮੈਂ ਅਜਿ ਕੋਦੇ ਬਾਰੇ ਮੈਂ ਗੱਲ ਨਹੀਂ ਸੀ ਕਰਨਾ ਚਾਹੁੰਦਾ ਮੈਨੂੰ ਐ ਹੁੰਦਾ ਵੀ ਜਦੋਂ ਮਾਰਕੀਟ ਚ ਜਾ ਕੇ ਦਿਨ lettes talk at that time ਬਟ ਜਦੋਂ ਅੱਜ ਅਸੀਂ ਉੱਥੇ ਅੰਦੋਲਨ ਚ ਗਏ ਤੇ ਉਹਨਾਂ ਨੇ ਬੇਸਿਕਲੀ ਢੋਲ ਤੇ ਤੇ ਕਾਫੀ ਸਵਾਲ ਜਵਾਬ ਹੋਏ ਇੱਕ ਬਾਈ ਨੇ ਕਿਹਾ ਵੀ ਯਾਰ ਤੁਸੀਂ ਗਾਣਾ ਗਾਣੇ ਵੀ ਕਰੋ ਕਹਿੰਦਾ ਯਾਰ ਮੈਂ ਕਿਹਾ ਬਾਈ ਸਾਰਾ ਕੁਝ ਕਰਾਂਗੇ ਵੀ ਤੁਸੀਂ ਅਸੀਂ ਸੀਰੀਜ਼ ਵੀ ਕਰਨੀ ਆ ਤੇ ਉਹ ਕਹਿੰਦਾ ਬਾਈ ਫਿਰ ਹੁਣੀ ਕਰ ਦੋ ਫਿਰ ਦਬ ਦੋ ਮੈਂ ਕਿਹਾ ਚਲੋ ਐਨੀਵੇਸ ਤੁਦੀ ਬਾਰੇ ਗੱਲ ਕਰਨ ਲੱਗੇ ਆ ਵੀ ਜਾ ਕੇ ਸੜਕਾਂ ਤੇ ਬੈਠਣ ਦਾ ਕਿਸੇ ਨੂੰ ਸ਼ੌਂਕ ਨਹੀਂ ਪਹਿਲੀ ਗੱਲ ਪਹਿਲੀ ਗੱਲ ਇਹ ਪ੍ਰੋਬਲਮ ਰੇਜ਼ ਜਿੱਦਾਂ ਨਾਟ ਰੇਜ਼ ਕੇ ਪ੍ਰੋਬਲਮ ਆਈ ਕਿਵੇਂ ਪ੍ਰੋਬਲਮ ਕ੍ਰिएशन ਦਾ ਰੀਜ਼ਨ ਕੀ ਆ ਬੇਸਿਕਲੀ ਜਦੋਂ ਗ੍ਰੀਨ ਰੈਵਲੂਸ਼ਨ ਆਇਆ ਗ੍ਰੀਨ ਰੈਵਲੂਸ਼ਨ ਤੋਂ ਪਹਿਲਾਂ ਕਣਕ ਹੁੰਦੀ ਸੀਗੀ ਸਿੱਧੀ-ਸਿੱਧੀ ਬੇਸਿਕਲੀ ਤੇ ਉਹ ਤੋਂ ਬਾਅਦ ਗ੍ਰੀਨ ਰੈਵਲੂਸ਼ਨ ਆਇਆ ਗ੍ਰੀਨ ਰੈਵਲੂਸ਼ਨ ਆਇਆ ਪਹਿਲਾਂ ਮੈਕਸੀਕੋ ਚ ਆਇਆ ਮੈਕਸੀਕੋ ਜਿਹਨਾਂ ਨੇ ਪlant ਕੀਤਾ ਮੈਕਸੀਕੋ ਚ ਤੋਂ ਬਾਅਦ ਫਿਰ ਹੋਰ ਕੰਟਰੀਜ਼ ਦੇ ਥਰੂ ਫਿਰ ਇੰਡੀਆ ਆਇਆ ਉਹਦੇ ਨਾਲ ਜਿਹੜਾ ਝੋਨਾ ਆਇਆ ਝੋਨਾ ਆ ਜੋਨੇ ਠੀਕ ਆ ਬਹੁਣੇ ਰਿਸੋਰਸਸ ਬਹੁਤ ਯੂਜ਼ ਕੀਤੇ ਜੇ ਤੁਸੀਂ ਇੱਕ ਝੋਨੇ ਨੂੰ 1 ਕਿਲੋ ਝੋਨੇ ਨੂੰ ਮੰਨ ਲਓ ਤੇ ਕਿੰਨਾ ਪਾਣੀ ਲੱਗਦਾ ਦੀਆਂ ਕੈਲਕੂਲੇਸ਼ਨਸ ਉਹ ਵੀ ਅਸੀਂ ਰਿਲੀਜ਼ ਕਰਾਂਗੇ ਬਾਅਦ ਚ ਉਹਨੂੰ ਕਿੰਨਾ ਪਾਣੀ ਲੱਗਦਾ ਪਾਣੀ ਦੀ ਬੋਤਲ ਜੇ ਤੁਸੀਂ ਲੈਣ ਜਾਂਦੇ ਹੋ ਤਾਂ ਉਹ ਕਿੰਨੇ ਦੀ ਹੈ ਇਹਦੇ ਨਾਲੋਂ ਤਾਂ ਕਿਸਾਨ ਪਾਣੀ ਕੱਢਦਾ ਹੈ ਬੋਤਲਾਂ ਚ ਪਾਉਂਦਾ ਤੇ ਵੇਚ ਦਿੰਦਾ ਉਹ ਬੈਟਰ ਆਪਸ਼ਨ ਸੀ ਐਟ ਲੀਸਟ ਉਹਨਾਂ ਪਾਣੀ ਵੇਸਟ ਨਹੀਂ ਸੀ ਹੁਣ ਤਾਂ ਗ੍ਰੀਨ ਰੈਵੋਲੂਸ਼ਨ ਬਾਰੇਆਂ ਚੀਜ਼ਾਂ ਬਾਅਦ ਚ ਗੱਲ ਕਰਾਂਗੇ ਜਿਹੜੀਆਂ ਆਪਾਂ ਰੀਜ਼ਨ ਕਰਦੇ ਵੀ ਐਮਐਸਪੀ ਅਗਲਾ ਕਹਿੰਦਾ ਸਰਕਾਰ ਪੇਤਨਾ ਇਤਨਾ ਕਰਜ਼ਾ ਚੜ ਜਾਏਗਾ ਐਸੇ ਹੋ ਜਾਏਗਾ ਕੰਟਰੀ ਬਰਬਾਦ ਹੋ ਜਾਏਗਾ ਇੱਕ ਹੁੰਦੀ ਡੈਟ ਟੂ ਜੀਡੀਪੀ ਰੇਸ਼ੋ ਬੇਸਿਕਲੀ ਕੰਟਰੀਜ਼ ਕਿਦਾਂ ਕੰਮ ਕਰਦੇ ਨੇ ਉਹਦੇ ਪੈਰਾਮੀਟਰ ਹੁੰਦੇ ਵੀ ਕਿਹੜਾ ਕੰਟਰੀ ਦੀ ਕਰੰਸੀ ਉੱਪਰ ਆ ਕਿਹਦੀ ਕਰੰਸੀ ਥੱਲੇ ਆ ਉਹ ਕਿਉਂ ਕਿਵੇਂ ਤੈਹ ਹੁੰਦੀ ਆ ਕੌਣ ਤੈਹ ਕਰਦਾ ਉਹਦਾ ਰੀਜ਼ਨ ਕੀ ਆ ਉਹ ਸਾਰੀਆਂ ਚੀਜ਼ਾਂ ਮੈਂ ਬੁੱਕ ਹੈ ਇਕਮਰ ਖਾਈ ਲਈ ਰეკਮੈਂਡ ਕਰਦਾ ਵੈਲਥ ਆਫ ਨੇਸ਼ਨਸ ਬਾਏ ਐਡਮ ਸਮਿਥ 6700 ਰੁਪਏ ਦੀ ਬੋਕਟ ਕੱਟ ਕਹਦਾ ਹੋਣਾ ਚੱਕ ਤੋਂ ਕਮ ਨੂੰ ਐ ਪੜ ਲਈ ਮੈਨੂੰ ਪੜਾਈ ਦਾ ਸ਼ੌਂਕ ਆ ਤੇ ਉਹ ਬੁੱਕ ਪੜਿਓ ਉਹਦੇ ਨਾਲ ਸਾਰਾ ਕੁਝ ਪਤਾ ਲੱਗ ਜੂ ਕਿ ਆਪਣਾ ਰੁਪਇਆ ਉਧਰ ਜਾ ਕੇ ਕਿਉਂ ਘਟਦਾ ਵੀ ਤੈ ਕੌਣ ਕਰਦਾ ਆ who and who says that ਕਿਉਂਕਿ ਪਹਿਲਾਂ 골ਡ ਰਿਜ਼ਰਵ ਹੁੰਦਾ ਸੀਗਾ ਵਰਲਡ ਦੀ ਕਰੰਸੀ ਜਿਹੜੀ ਵੀ ਜਿਹਦੇ ਕੋਲ ਕਿੰਨਾ 골ਡ ਆ ਉਸ ਹਿਸਾਬ ਨਾਲ ਉਹਨੂੰ ਪੰਡਿਆ ਕੋਲ ਤਾਂ ਕਿੰਨਾ 골ਡ ਆ ਉਸ ਹਿਸਾਬ ਨਾਲ ਤਾਂ ਆਪਣਾ ਬਰਾਬਰ ਹੋਣਾ ਚਾਹੀਦਾ ਕੈਨੇਡੀਅਨ ਡਾਲਰ ਦੇ ਤਾਂ ਤੁਹਾਨੂੰ ਸਮਝ ਆਊਗੀ ਵੀ ਸਿਸਟਮ ਤੈ ਕਿਵੇਂ ਹੁੰਦੇ ਨੇ ਚੱਲਦਾ ਕਿਵੇਂ ਹੈ ਸਾਰਾ ਭੈਗੀ ਦਾ ਨਿੱਕੀ ਜੀ ਧਰਤੀ ਜਿਹਾ ਆਪਾਂ ਗੁਰਬਾਣੀ ਨੂੰ ਵੜਦੇ ਆਂ ਵੀ ਰਾਵਚੰਦ ਦੀਪਕ ਬਣੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਤਾਰਕਾ ਮੰਡਲ ਜਨਕ ਮੋਤੀ ਵੀ ਰਾਵ ਜਿਹੜਾ ਰਾਮਿੰਦ ਸੂਰਜ ਚੰਦ ਦੀਪਕ ਨੇ ਛੋਟੇ ਛੋਟੇ ਇੱਕ ਦੀਵੇ ਨੇ ਤੇ ਤਾਰਕਾ ਮੰਡਲ ਜਨਕ ਮੋਤੀ ਵੀ ਤਾਰਿਆਂ ਦੀ ਮਾਲਾ ਆਲਰੇਡੀ ਤੂਪ ਮਿਲਿਆਲ ਨੂੰ ਪਵਨ ਚਬ ਰੋਕਰੇ ਇੱਥੇ ਵਿੱਚ ਰੁਕ ਜਾਂਦੇ ਆਂ ਬਾਕੀ ਦੀ ਬਾਅਦ ਜਾਵਾਂਗੇ ਜਦੋਂ ਗੁਰੂ ਸਾਹਿਬ ਨੇ ਰਾਵਚੰਦ ਨੂੰ ਸੂਰਜ ਨੂੰ ਕਹਤਾ ਵੀ ਦੀਪਕ ਆ ਇੱਕ ਛੋਟਾ ਜਿਹਾ ਦੀਵਾ ਆ ਤੇ ਧਰਤੀ ਦਾ ਉਦੋਂ ਕਿੰਨੀ ਛੋਟੀ ਆ ਤਾਂ ਮੈਨੂੰ ਇਹ ਸੀਗਾ ਵੀ ਯਾਰ ਇੱਥੇ ਆਪਾਂ ਕਿਉਂ ਥੱਲੇ ਆ ਵੈਸਟਰਨ ਕੰਟਰੀਜ਼ ਦਾ ਕੀ ਸਿਸਟਮ ਆ ਉਸ ਰਿਲੇਟਡ ਵੀ ਅਸੀਂ ਕਾਫੀ ਕੁਝ ਕਰਨਾ ਆ ਉਹ ਵੀ ਕਰਾਂਗੇ ਹਰ ਗੱਲ ਕੀ ਹੁੰਦਾ ਬਾਅਦ ਚ ਬਾਅਦ ਪਰ ਕਿਨ ਉਹ ਡੈਟ ਟੂ ਜੀਡੀਪੀ ਰੇਸ਼ਓ ਹੁੰਦੀ ਆ ਜੇ ਤੁਸੀਂ ਯੂਐਸਟੀ ਦੇਖਦੇ ਹੋ ਨਾ ਡੈਟ ਟੂ ਜੀਡੀਪੀ ਰੇਸ਼ਓ ਯੂਐਸ ਦੀ 110% 110.15 ਅੱਜ ਦੇ ਹਿਸਾਬ ਨਾਲ ਤੇ ਅਸੀਂ ਸਾਈਡ ਸ਼ੇਅਰ ਕਰਾਂਗੇ ਸਾਨੂੰ ਸੋਰਸਸਾਂ ਨਾਲ ਗੱਲ ਕਰਾਂਗੇ ਵੀ ਡੋਨਟ ਟਾਕ ਇਨ ਲਾਈਕ 에ਅਰ ਕੈਨੇਡਾ ਦੀ 49.83 ਆ ਤੇ ਜੇ ਆਪਾਂ ਇੰਡੀਆ ਦੀ ਦੇਖਦੇ ਆ 55.45 ਆ ਸੋ ਈਵਨ ਦੈਨ ਲਾਈਕ ਵੀ ਡੋਟ ਆਮ ਨਾਟ ਐਕਸਪਰਟ ਇਨ ਫਾਈਨੈਂਸ ਬਟ ਮੈਂ ਕਹਣਾ ਵੀ ਜਿਵੇਂ ਕਹਿੰਦੇ ਵੀ ਅਸੀਂ ਮੋਦੀ ਜੀ ਕੇ ਖਿਲਾਫ ਆ ਕਿਸਾਨ ਇਹ ਅਜੰਡਾ ਫਲਾਇਆ ਜਾ ਰਿਹਾ ਹੈ ਕਿਸਾਨ ਨੂੰ ਉਹਦਾ ਹੱਕ ਚਾਹੀਦਾ ਹੈ ਜਿਹੜਾ ਜਿਹੜੀ ਸਰਕਾਰ ਹੋਊਗੀ ਕਿਸਾਨ ਉਹਦੇ ਨਾਲ ਐ ਸਿੰਪਲ ਐਸ ਦੈਟ ਇਹ ਉਹ ਮੇ ਰੈਵੋਲੂਸ਼ਨ ਆ ਜਿਵੇਂ ਪਹਿਲਾਂ ਜਦੋਂ ਮਿਨੀਮਮ ਵੇਜ ਰੈਵੋਲੂਸ਼ਨ ਯੂਐਸ ਚ ਆਇਆ ਹੈ ਉਧੇ ਰਿਲੇਟਡ ਵੀ ਕਾਫੀ ਕਾਫੀ ਇਨਫੋਰਮੇਸ਼ਨ ਹੈ ਜਿਹੜੀ ਆਨਲਾਈਨੋਂ ਤੁਸੀਂ ਪੜ੍ਹ ਲਿਓ ਮਿਨਿਮਮ ਵੇਜ ਵਾਲਾ ਸਿਸਟਮ ਇਹੀ ਹੈ ਜਿਹਨੂੰ ਉੱਪਰ ਵਾਲੇ ਨੇ ਉੱਪਰ ਵਾਲੇ ਮੈਸ ਯੂਜ਼ ਕਰ ਰਹੇ ਆ ਉਧਰ ਵੀ ਇਧਰ ਵੀ ਉਹ ਵੀ ਇੱਕ ਅੱਡ ਅੱਡ ਕਨਸੈਪਟ ਹੈ ਹੁਣ ਜਿਹੜਾ ਦੁਨੀਆ ਦਾ ਸਟਰਕਚਰ ਬਣਿਆ ਪਿਆ ਉਹ ਕਾਰਪੋਰੇਟ ਵਰਸਸ ਕਾਮਨ ਮੈਨ ਵਾਲਾ ਸਿਸਟਮ ਹੋਇਆ ਪਿਆ ਵੀ ਲੈ ਮੈਂ ਤਾਂ ਸਾਰਾ ਕੁਝ ਲੈ ਕੇ ఎవਰੀਥਿੰਗ ਕਾਰਪੋਰਟਾਈਜ਼ ਕਰ ਦੋ ਇਫ ਯੂ ਡੂ ఎవਰੀਥਿੰਗ ਕਾਰਪੋਰਟਾਈਜ਼ ਕਾਰਪੋਰਟਾਈਜ਼ ਤਾਂ ਜਿਹੜੀ ਆਪਦੀ ਇੰਡੀਵਿਜੂਅਲਿਟੀ ਆ ਤੇ ਜਿਹੜੀ ਤੁਹਾਡੀ ਆਜ਼ਾਦੀ ਆ ਉਹ ਸਾਰੀ ਜਾਂਦੀ ਲੱਗਣੀ ਆ ਤੋਂ ਇਹ ਜਿਹੜਾ ਅੰਦੋਲਨ ਆ ਇਟ ਇਜ਼ ਵੈਰੀ ਇੰਪੋਰਟੈਂਟ ਫਾਰ एवरीवन ਇਵਨ ਐ ਲਾਈਕ ਫਾਰ ਸਪੈਸ਼ਲੀ ਫਾਰ ਮੀਡਲ ਕਲਾਸ ਅਪਰ ਮੀਡਲ ਕਲਾਸ ਐਂਡ ਇਵਨ ਲੋਅਰ ਅਪਪਰ ਕਲਾਸ ਵਾਲੇ ਜਿਹੜੇ ਲੋਕ ਆ ਉਹਨਾਂ ਲਈ ਵੀ ਜਿਹੜੀ ਆਲਰੇਡੀ ਐਲੀਟ ਨੇ ਜਾਂ ਦੇ ਐਕਚੁਅਲੀ ਵਾਂਟ ਟੂ ਕੰਟਰੋਲ ਇਟ ਐਨੀਵੇਜ਼ ਆਪਾਂ ਉਧਰ ਨਹੀਂ ਜਾਣਾ ਇੱਕ ਮੈਂ ਇੱਕ ਹੋਰ ਰეკਮੈਂਡ ਕਰਦਾ ਵੀ ਜਿਹੜੀ ਤੁਸੀਂ ਪੁਤਿਨ ਦੀਨ ਟੱਕਰ ਕਾਲਸ ਨੇ ਇੰਟਰਵਿਊ ਦੇਖਿਓ ਵੀ ਇਹ ਸਾਰੀ ਸਿਸਟਮ 올ਓਵਰ ਵਰਲਡ ਕਿਉਂ ਖਰਾਬ ਹੋ ਰਿਹਾ ਹੈ ਬੋਲ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਉਹਦਾ ਰੀਜ਼ਨ ਕੀ ਹੈ بیਹਿੰਦ ਦਾ ਸੀਨਸ ਉਹ ਟਵਿੱਟਰ ਤੇ ਆ ਪਰ ਉਹ ਵੀ ਅਸੀਂ ਮੈਨੂੰ ਲੱਗਦਾ YouTube ਤੇ ਨਹੀਂ ਹੈ ਕਿ ਉਹ ਟਵਿੱਟਰ ਤੇ ਆ ਐਜ਼ ਜਦ ਦਾ ਬ੍ਰਾਡਕਾਸਟ ਹੋਈ ਸੀ ਉਹ ਵੀ ਉਹ ਵੀ ਉਹ ਵੀ ਦੇਖਿਓ ਕਿ ਗਲੋਬਲ ਪੋਲਿਟਿਕਸ ਤੇ ਗਲੋਬਲ ਸਿਚੁਏਸ਼ਨ ਸਮਝਣਾ ਬਹੁਤ ਜ਼ਰੂਰੀ ਹੁੰਦਾ ਐਸ ਜਿਹੜਾ ਆਲਰੇਡੀ ਚੱਲ ਰਿਹਾ ਦੁਨੀਆ ਤੇ ਵੀ ਆਪਾਂ ਕਿੱਥੇ ਕਹਿੰਦੇ ਆ ਆਪਣੇ ਨਾਲ ਚੱਲ ਕੀ ਰਿਹਾ ਤੇ ਹੋ ਕੀਦਿਆ ਤੇ ਅਸੀਂ ਅਗੇਨ ਜਿਹੜਾ ਮੈਂ ਪਹਿਲਾਂ ਕਿਹਾ ਸੀ ਡਰਗ ਪੋਡਕਾਸਟ ਕੀਤਾ ਉਹਦੇ ਚ ਅਸੀਂ ਹੈਮਪ ਰਿਲੇਟਿਡ ਚੀਜ਼ਾਂ ਕੀਤੀਆਂ ਕਿਉਂਕਿ ਵੀ ਪਰਸਨਲੀ ਡੂ ਨਾਟ ਐਂਡੋਰਸ ਡਰੱਗਸ ਐਟ ਐਨੀ ਕਾਸਟ ਸਟੇ ਅਵੇ ਫਰਮ ਇਟ ਬਟ ਉਹਦੇ ਚ ਅਸੀਂ ਸੀਗਾ ਜਿਹੜਾ ਹੈਮਪ ਸੀਗਾ ਇੱਕ ਹੈਮਪਿਕ ਪਲਾਂਟ ਸੀ ਬੇਸਿਕਲੀ ਜਦੋਂ ਇਹ ਅਮਰੀਕਨ ਜਿਹੜੇ ਫਾਰਮਰ ਸੀ ਉਹ ਗਰੋ ਕਰਦੇ ਸੀ ਸੈਕਿੰਡ ওয়ার্ল্ড ਵਾਰ ਵੇਲੇ ਇਹਨਾਂ ਨੇ ਇਨਸੈਂਟਿਵ ਦਿੱਤਾ ਯੂ ਐਸ ਗਵਰਨਮੈਂਟ ਨੂੰ ਜਿਹੜੇ ਉਹਨੂੰ ਆਪਰੇਟ ਕਰਦੇ ਜਿਵੇਂ ਕਾਰਪੋਰੇਟਾਈਜ਼ ਹੋ ਗਿਆ ਯੂ ਐਸ ਉਹਨਾਂ ਨੇ ਇਨਸੈਂਟਿਵ ਦੇ ਕੇ ਉਹਨਾਂ ਨੂੰ ਗਰੋ ਕਰਵਾਈ ਜਦੋਂ ਵਾਰਲਡ ਵਾਰ ਪੂਰੀ ਹੋ ਗਈ ਕਿਸੇ ਨੇ ਆਪਣੀ ਨਾਈਲੋਨ ਲਾਂਚ ਕਰਨੀ ਸੀ ਤੇ ਉਹਨਾਂ ਨੇ ਉੱਪਰ ਤੁਹਾਨੂੰ ਪਤਾ ਜਿਵੇਂ ਉਰੇ ਹੁੰਦਾ ਵੀ ਐਮ ਪੀਜ਼ ਨੂੰ ਕਿਵੇਂ ਯੂਜ਼ ਕਰਦੇ ਆ ਸੇਮ ਸੇਮ ਯੂ ਐਸ ਸੀਗਾ ਉਦੋਂ ਤੇ ਉਹਨਾਂ ਨੂੰ ਯੂਟਿਲਾਈਜ਼ ਕਰਕੇ ਉਹਨੂੰ ਇਲੀਗਲ ਡਿਕਲੇਅਰ ਕਰਵਾਤਾ ਤੇ ਜਦੋਂ ਫਾਰਮਰਜ਼ ਨੂੰ ਕਿਦਾਂ ਕਿਹਾ ਉਹਨਾਂ ਨੇ ਕੋਈ ਮੀਡੀਆ ਉਦੋਂ ਉਦੋਂ ਇੰਨੇ ਸੋਰਸ ਨਹੀਂ ਸੀ ਓਪਨ ਸੋਰਸ ਜੇ ਹੁਣ ਆਪਾਂ ਸਿੱਧੀ ਤੁਹਾਡੇ ਨਾਲ ਗੱਲ ਕਰ ਸਕਦੇ ਆ ਤੇ ਉਦੋਂ ਮੀਡੀਆ ਨੂੰ ਯੂਜ਼ ਕਰਕੇ ਕੰਟਰੋਲ ਕਰਕੇ ਤੇ ਵੀ ਕਹਿੰਦਾ ਵੀ ਇਹ ਤਾਂ ਜੀ ਨਸ਼ਾ ਆਇਆ ਇਦਾਂ ਆ ਉਦਾਂ ਆ ਏ ਬੀ ਸੀ ਡੀ ਆਪਾਂ ਤੁਹਾਨੂੰ ਕੁਝ ਹੋਰ ਦਵਾਂਗੇ ਤਾਂ ਸਾਰੀ ਹੈਂਪ ਫਾਰਮਿੰਗ ਚੇਂਜ ਕਰ ਦੇ ਤੇ ਤਾਂ ਹੀ ਹੁਣ ਜਿਹੜੀ ਹੈਂਪ ਦੀ ਖੇਤੀ ਆ ਹੁਣ ਦੁਆਰਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਲੱਗਦਾ ਗਿਆ ਉਨ ਜਿਵੇਂ ਸਾ ਪਿਓਨ ਸਾਨੂੰ ਬਦਲ ਲੱਗ ਗਿਆ ਵੀ ਸਿਸਟਮ ਕੀ ਚੱਲ ਰਿਹਾ ਚੱਲ ਕੇ ਮਰ ਰਿਹਾ ਚਲਾ ਕਾਉਂਟਰ ਰਿਹਾ ਉਹਦੇ ਰੀਜ਼ਨ ਕੀ ਨੇ ਮੋਲਡ ਕੇ ਮੇ ਕੀਤਾ ਜਾਂਦਾ ਆ ਏਜੰਡਾ ਤੇ ਪ੍ਰੋਪਾਗੈਂਡਾ ਉਹ ਕਿਵੇਂ ਚਲਾਇਆ ਜਾਂਦਾ ਕੀ ਸਾਰਾ ਸਿਸਟਮ ਹਨ ਤੇ ਉਹ ਹੈmp ਇਹਨਾਂ ਨੇ ਲੀਗਲ ਡਿਕਲੇਅਰ ਕਰ ਦਿੱਤੀ ਕਿਉਂਕਿ ਉਹਨਾਂ ਨੇ ਆਪਦੇ ਦੂਜੇ ਚੀਜ਼ਾਂ ਲਾਂਚ ਕਰਨੀਆਂ ਚਾਹੀਆਂ ਈਵਨ ਉਦੋਂ ਵੀ ਕਾਟਨ ਫਾਰਮਿੰਗ ਵੀ ਹੁੰਦੀ ਸੀ ਤੇ ਹੈmp ਫਾਰਮਿੰਗ ਹੁੰਦੀ ਸੀ ਜਿਹੜਾ ਯੂ ਐਸ ਦਾ ਜਿਹਨੂੰ ਫਾਊਂਡਰ ਕਹਿ ਲੈਣੇ ਆ ਬੇਸਿਕਲੀ ਉਹ ਥਾਮਸ ਜੈਫਰਸਨ ਮੰਨਿਆ ਜਾਂਦਾ ਮੰਨਿਆ ਜਾਂਦਾ ਜਿਹੜਾ ਯੂਐਸ ਦਾ ਫਾਊਂਡਰ ਥਾਮਸ ਜੈਫਰਸਨ ਉਹ ਵੀ ਹੈਂਪ ਦੀ ਖੇਤੀ ਕਰਦਾ ਸੀ ਬੰਦਾ ਤੁਸੀਂ ਇਹ ਦੇਖੋ ਵੀ ਜਦੋਂ ਜਿਉਂ-ਜਿਉਂ ਕੰਟਰੀ ਚੇਂਜ ਹੁੰਦੀ ਗਈ ਏਜ ਹੁੰਦੀ ਗਈ ਵਿਦ ਏਜਿੰਗ ਜਿਹੜੇ-ਜਿਹੜੇ ਬੰਦੇ ਕੰਟਰੀ ਦੇ ਕੰਟਰੋਲ ਕਰਨ ਲੱਗੇ ਉਹਨਾਂ ਨੇ ਆਪਦੇ ਪ੍ਰੋਡਕਟ ਲਾਂਚ ਕਰਨੇ ਸੀ ਜਿਹੜਾ ਜਿਹੜਾ ਫਾਊਂਡਰ ਦੇ ਪ੍ਰੋਡਕਟ ਸੀਗੇ ਬੇਸਿਕਲੀ ਇਵਨ ਉਸ ਫਸਲ ਜੀ ਉਹ ਵੀ ਇਲੀਗਲ ਡਿਕਲੇਅਰ ਕਰਵਾ ਦਿੱਤੀ ਤੋ ਸੇਮ ਇੱਥੇ ਇੱਕ ਅੰਦੋਲਨ ਬਹੁਤ ਜ਼ਰੂਰੀ ਆ ਦੂਜੀ ਗੱਲ ਇਹ ਆ ਅਗਲੇ ਕਹਿੰਦੇ ਬਦਲ ਹੈ ਨਹੀਂ ਬਦਲ ਕਿਉਂ ਨਹੀਂ ਹੈਗਾ ਆਈ ਥਿੰਕ ਹੈਂਪ ਸ਼ੁੱਡ ਵੀ ਲੀਗਲਾਈਜ਼ਡ ਉਹਦੇ ਲਾਇਸੈਂਸ ਉੱਤੇ ਜਾਣ ਉਹਦੇ ਚੋਂ 10 ਤੋਂ 15000 ਚੀਜ਼ਾਂ ਬਣਦੀਆਂ ਆ ਉਹ ਚੀਜ਼ਾਂ ਸਾਰੀਆਂ ਤੁਸੀਂ ਐਕਸਪੋਰਟ ਕੀਤੀਆਂ ਜਾਣ ਕਿਉਂਕਿ ਆਪਣਾ ਰੀਜਨ ਬਹੁਤ ਵਧੀਆ ਹੈ ਤੇ ਈਜ਼ੀਲੀ ਹੋ ਸਕਦਾ ਉੱਤਰਾਖੰਡ ਚ ਆਲਰੇਡੀ ਉਹਨਾਂ ਨੇ ਹੈਂਪ ਲਾਇਸੈਂਸ ਦੇਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਨਾਲ ਕੀ ਫਰਕ ਪਊਗਾ ਕਈ ਇੰਡਸਟਰੀਜ਼ ਨੂੰ ਫਰਕ ਪਊਗਾ ਦੇਖੋ ਆਨ ਆਲਰੇਡੀ ਜਿਹੜੀਆਂ ਐਸਟੈਬਲਿਸ਼ ਨੇ ਕੋਈ ਕਪੜਾ ਦਾ ਬੰਦਾ ਨੇ ਇੱਕੋ ਹੀ ਪਾਉਣਾ ਚਾਹੇ ਹੈਂਪ ਦਾ ਬਣਿਆ ਚਾਹੇ ਨਾਈਲੋਨ ਦਾ ਬਣਿਆ ਚਾਹੇ ਕੋਈ ਸੇ ਹੋਰ ਚੀਜ਼ ਦਾ ਬਣਿਆ ਆ ਫਰੁੱਚ ਥ्रेड ਕਾਊਂਟ ਹੁੰਦਿਆ ਤੇ ਤੇ ਬੇਸਿਕਲੀ ਚਾਹੋਨੇ ਵੀ ਹੈਂਪ ਲੀਗਲਾਈਜ਼ ਹੋ ਜਵੇ ਕਿਸਾਨਾਂ ਦਾ ਵੀ ਮੌਜ ਹੋ ਜੋਗੀ ਠੀਕ ਆ ਤੇ ਜਿਹੜੇ ਸੋਰਸ ਚਾਹੀਦੇ ਆ ਹੈਂਪ ਨੂੰ ਗਰੋ ਕਰਨ ਲਈ ਉਨੇ ਜਿਆਦਾ ਨਾਦਾਂ ਇੰਨੇ ਜਿਆਦਾ ਪੈਸਟਿਸਾਈਡ ਚਾਹੀਦੀ ਆ ਨਾ ਇੰਨਾ ਜਿਆਦਾ ਪਾਣੀ ਚਾਹੀਦਾ ਆ ਤੇ ਉਹ ਸੀ ਜਿਹੜਾ ਜਿਵੇਂ ਨਾ ਹੀ ਸਿਰਫ ਉਹਦਾ ਸੀ ਉਹ ਸੀਗਾ ਵੀ 100 ইয়ার্স অফ ইউএস ড্রাগ হিসਟਰੀ ਉਹਦੇ ਕੈਂਪ ਦਾ ਬਹੁਤ ਵਧੀਆ ਐਪੀਸੋਡ ਵੀ ਕੀਤਾ ਕਿਉਂਕਿ ਆਲਵੇਜ਼ ਮੈਨੂੰ ਇਹ ਜਿਗਾ ਵੀ ਯਾਰ ਜੇ ਸੁਸਾਇਟੀ ਐਜ਼ ਅ ਹੋਲ ਉੱਪਰ ਉੱਠੂਗੀ ਤਾਂ ਹੀ ਸੁਸਾਇਟੀ ਦਾ ਸਾਰੀ ਦਾ ਫਾਇਦਾ ਹੋਊਗਾ ਵੀ ਉੱਠੂਗੀ ਕਿਵੇਂ ਉੱਪਰ ਇਫ ਯੂ ਆਰ ਯੂਰ ਸੇਲਿੰਗ ਇੰਟੈਲੀਜੈਂਸ ਯੂ ਆਰ ਸੇਲਿੰਗ ਟੈਕਨੋਲੋਜੀ ਔਰ ਯੂ ਆਰ ਸੇਲਿੰਗ ਸਮਥਿੰਗ ਦੈਟਸ ਯੂਜ਼ਡ ਇਨ ਡੇਲੀ ਡੇ ਟੂ ਡੇ ਬੇਸਿਸ ਐਂਡ ਮਲਟੀਪਲ ਟਾਈਮਸ ਉਹ ਸਾਰੀਆਂ ਚੀਜ਼ਾਂ ਹੈਂਪਸ ਆਲਰੇਡੀ ਹੈਗੀਆਂ ਆ you can eat you can wear clothes ਤੁਸੀਂ ਤੁਸੀਂ ਖਾ ਸਕਦੇ ਹੋ ਤੁਸੀਂ ਕੱਪੜੇ ਪਾ ਸਕਦੇ ਹੋ ਤੁਸੀਂ ਖਾਣ ਦੇ ਵਿੱਚ ਮੈਂ ਹੁਣ ਕਈ ਤਰੀਕੇ ਆ ਹੈਂਪ ਸੀਡਸ ਆ ਹੋਰ ਕਾਫੀ ਚੀਜ਼ਾਂ ਲਈ ਚੰਗਾ ਹੁੰਦਾ ਹੈ ਤੇ ਇੱਕ ਜਿਵੇਂ ਹੁਣ ਜਿਹੜੀ ਹੁਣ ਰੋਲਾ ਬੇਸਿਕਲੀ ਕਿਉਂ ਕਿਉਂ ਸਰਕਾਰ ਨੂੰ ਵੀ ਕਿਉਂ ਪ੍ਰੋਬਲਮ ਲੱਗ ਰਹੀ ਹੈ ਜਿਹੜੀ ਇੱਕ ਫਿਊਚਰਸ ਮਾਰਕੀਟ ਕਹਿੰਦੇ ਨੇ ਵੀ ਅੱਜ ਤੋਂ इवन 500 5 ਸਾਲ ਤੱਕ 6 ਸਾਲ ਤੱਕ ਆ ਚੀਜ਼ ਦਾ ਰੇਟ ਇੰਨਾ ਹੁੰਦਾ ਉਹਦੇ ਤੇ ਆਪਸ਼ਨਸ ਦੇ ਕਾਲਸ ਚੱਕੀਆਂ ਜਾਂਦੀਆਂ ਉਸ ਸਟਾਕ ਮਾਰਕੀਟ ਰਿਲੇਟਡ ਚੀਜ਼ਾਂ ਉਹ ਲਾਈਕ 60 70 ਬਿਲੀਅਨ ਡਾਲਰ ਦੀ ਹੈ ਜਿਹੜੀ ਐਜ਼ ਅ ਹੋਲ ਮਨੀ ਆ ਇਨ ਪੂਲ ਡੈਰੀਵੇਟਿਵਸ ਇਨਕਲੂਡਡ 600 ਟ੍ਰਿਲੀਅਨ ਡਾਲਰ ਤੇ ਜਿਹੜੀ ਇੰਡੀਆ ਦੀ ਇਕਨੋਮੀ ਆ ਇਟਸ ਨਾਟ ਈਵਨ 1% ਇਟਸ ਲੈਸ ਥੈਨ 6 ਟ੍ਰਿਲੀਅਨ ਡਾਲਰ ਤੋਂ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਮੋਨਟਰੀ ਪੋਲਿਸੀਜ਼ ਹਾਊ ਦਾ ਵਰਲਡ ਵਰਕਸ ਇਨਾਂ ਡੈਪਥ ਚ ਜਾਣਦੇ ਆ ਫਿਰ ਆਪਾਂ ਨੂੰ ਚੀਜ਼ਾਂ ਸਮਝ ਆਉਂਦੀਆਂ ਵੀ ਓਕੇ ਹੁਣ ਅਗਲਾ ਕਹਿੰਦਾ ਵੀ ਇਹ ਪ੍ਰਾਈਸ ਟੈ ਕੌਣ ਕਰੂਗਾ ਕਿਸੇ ਚੀਜ਼ ਦਾ ਮੁੱਲ ਆਪਾਂ ਕਹਿੰਦੇ ਆ ਚਲ ਤੁਮੜਾ ਟੀ-ਸ਼ਰਟ ਪਾਈਆ ਮੁੱਲ ਜੇ ਸਿਰਫ ਬ੍ਰਾਂਡ ਦਾ ਨਾਮ ਲਿਖ ਤਾ ਨਾ ਵੱਜ ਜਾਂਦਾ ਤੇ ਫਿਰ ਜੇ ਆਪਾਂ ਇਫ ਯੂ ਥਿੰਕ ਫਰਮ ਬ੍ਰਾਂਡ ਪਰਸਪੈਕਟਿਵ ਨਾ ਉਹਨਾਂ ਨੂੰ ਮਾਰਕੀਟਿੰਗ ਦੇ ਖਰਚ ਆਉਂਦਾ ਕਿਉਂਕਿ ਉਹਨਾਂ ਨੇ ਮਾਰਕੀਟ ਕਰਨਾ ਵੀ ਸਾਨੂੰ ਆ ਚੀਜ਼ਾਂ ਪਾਉਣੀਆਂ ਉਹ ਉਹਨਾਂ ਨੇ ਤੁਸੀਂ ਜਿਹੜਾ ਨਿਊਜ਼ ਚੈਨਲ ਵਾਲੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਐਡ ਪਾਉਣੀ ਆ ਤੁਸੀਂ ਉਹ ਸਿਸਟਮ ਜਿਹੜੀ ਬ੍ਰਾਂਡਡ ਚੀਜ਼ ਹੋ ਤਾਂ ਮਹਿੰਗੀ ਹੁੰਦੀ ਆ ਉਮੀ ਜਿਹੜੀ ਜੇ ਆਪਾਂ ਤੋਂ ਹੈਂਪ ਹੈਂਪ ਨੂੰ ਹੈਂਪ ਦਾ ਇੱਕ ਪੰਜਾਬ ਬ੍ਰਾਂਡ ਕੀਤਾ ਜਾਵੇ ਜਿਵੇਂ ਆਪਣਾ ਪਹਿਲਾ ਵੇਰਕਾ ਆ ਨਾ ਤੇ ਇਟ ਹੈਜ਼ ਮੱਚ ਮੋਰ ਗਰੋਥ ਐਜ਼ ਕੰਪੇਅਰ ਟੂ ਐਨੀਥਿੰਗ ਐਜ਼ ਪਰ ਨਾਓ ਜਿੰਨਾ ਕੁ ਮੈਨੂੰ ਗਿਆਨ ਹੁਣ ਤੱਕ ਮੈਂ ਕੋਈ ਬੁੱਧੀਜੀਵੀ ਨਹੀਂ ਤੇ ਮੈਂ ਕੋਈ ਇਕਨੋਮਿਸਟ ਨਹੀਂ ਥੀਸ ਆਰ ਦਾ ਫੈਕਟਸ ਅਸੀਂ ਡਿਸਕਸ ਕੀਤਾ ਉਹ ਜਿਹੜੇ ਪੋਡਕਾਸਟ ਕੀਤਾ ਡਰਗ ਵਾਲਾ ਵੀ ਸਿਸਟਮ ਚੇਂਜ ਕਿਵੇਂ ਹੁੰਦਾ ਹੈ ਤੇ ਕੌਣ ਚੇਂਜ ਕਰਦਾ ਹੈ ਤੇ ਕੀ ਰੀਜ਼ਨ ਤੇ ਇਸ ਲਈ ਜਿਵੇਂ ਹੁਣ ਜਿਵੇਂ ਮੈਂ ਸਟਾਰਟਿੰਗ ਚ ਵੀ ਕਿਹਾ ਤੇ ਮੈਂ ਅੰਤ ਚ ਵੀ ਕਹਣਾ ਵੀ ਕਿਸਾਨ ਆਰ ਨਾਟ ਅਗੇਂਸਟ ਐਨੀ ਵਨ ਇਹ ਜੀ ਫਲਾਨੇ ਦਾ ਧਮਕਾਣੇ ਦਾ ਤੇ ਅਸੀਂ ਇਹ ਕਿਸਾਨ ਇਜ਼ ਦੇ ਵਾਂਟ ਵਾਟ ਦੇ ਵਾਂਟ ਉਹਨਾ ਆਪਦੇ ਹੱਕ ਮੰਗਦੇ ਆ ਤੇ ਉਹਨਾਂ ਨੂੰ ਮਿਲਣੇ ਵੀ ਚਾਹੀਦੇ ਆ ਅਸੀਂ ਵੀ ਕਿਸਾਨ ਤੇ ਇਹ ਜਿਹੜਾ ਗਲੋਬਲ ਹੁਣ ਡੋਮੀਨੈਂਸ ਆ ਬੇਸਿਕਲੀ ਉਹ ਚੇਂਜ ਹੋਣਾ ਚਾਹੀਦਾ ਸ਼ਿਫਟ ਹੋਣਾ ਚਾਹੀਦਾ ਤੇ ਸਾਰੇ ਲੋਕ ਈਵਨ ਚਾਹੇ ਜਿਹੜੀ ਮਰਜੀ ਪਾਰਟੀ ਦਾ ਬੰਦਾ ਆ ਇਹ ਐਜ਼ ਅ ਸੁਸਾਇਟੀ ਨਾ ਅਪਲਿਫਟ ਹੋਊਗੀ। ਦ ਮੋਰ ਸਪੈਂਡਿੰਗ ਪਾਵਰ ਯੂ ਹੈਵ, ਹਮ ਸਪੈਂਡਿੰਗ ਪਾਵਰ ਬੇਸਡ ਐਡਵਰਟਾਈਜ਼ਮੈਂਟ ਚੱਲਦੀਆਂ ਨੇ। ਤੇ ਜੇ ਅਗਲੇ ਕੋਲੇ ਜਿਹਦੇ ਕੋਲ ਸਪੈਂਡਿੰਗ ਪਾਵਰ ਜ਼ਿਆਦਾ ਆ ਉਹਦੀ ਐਡਵਰਟਾਈਜ਼ਮੈਂਟ ਉਹਨੂੰ ਉਹਹੀ ਜੀ ਐਡਵਰਟਾਈਜ਼ਮੈਂਟ ਹੋਊਗੀ। ਜਿਵੇਂ ਹੁਣ Apple iPhone 15 Pro Max ਅੱਜ ਕੱਲ੍ਹ ਚੱਲ ਰਿਹਾ ਜਿਹੜਾ ਵਿਚਾਰਾ ਬੰਦਾ ਤੇ ਆੜੀ ਲਾਉਂਦਾ ਉਹਨੇ ਥੋੜੀ ਲੈਣਾ ਆ। ਉਹਨੂੰ ਉਹ ਮਾਰਕੀਟ ਕਿਉਂ ਕਰਨਗੇ? ਉਹ ਅਫੋਰਡ ਨਹੀਂ ਕਰਦਾ। ਇਦਾਂ ਹੀ ਜਿਹੜੀਆਂ ਜਿਹੜੀਆਂ ਜਦੋਂ ਇਹ ਸਾਰਾ ਆਪਾਂ ਐਜ਼ ਅ ਕਲੈਕਟਿਵ ਕੰਟਰੀ ਗਰੋ ਕਰੂਗਾ ਸੋ एवरीबॉडी ਇਸ ਹੈਪੀ ਇਨ ਦਸ ਇਨ ਦ ਸੋਸਾਇਟੀ ਸੋ ਅਸੀਂ ਇਹੀ ਕਹਿੰਦੇ ਹਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਇਹਦੀ ਸਪੋਰਟ ਕਰੋ ਤੇ ਐਜ਼ ਅ ਕਲੈਕਟਿਵ ਸੋਚੋ ਕੋਈ ਕਿਸੇ ਦੇ ਖਿਲਾਫ ਨਹੀਂ ਹੈਗਾ ਸਾਰੇ ਚਾਹੁੰਦੇ ਆ ਵੀ ਕੰਟਰੀ ਤਰੱਕੀ ਕਰੇ ਅਸੀਂ ਵੀ ਕਰੀਏ ਨਾਲ ਤੇ ਕਲੈਕਟਿਵ ਹੋਵੇ ਇਹ ਨਹੀਂ ਵੀ ਕੁਛ ਕੁਸ਼ਕ ਬੰਦੇ ਜਿਵੇਂ ਯੂਐਸ ਚ ਉਹਨਾਂ ਨੇ ਹੈਂਪ ਇਲੀਗਲ ਡਿਕਲੇਅਰ ਕਰਵਾਤੀ ਜਦੋਂ ਲੋੜ ਸੀ ਵਾਰ ਵੇਲੇ ਉਦੋਂ ਲੀਗਲ ਲੀਗਲ ਕਰਵਾਤੀ ਦੁਬਾਰਾ ਵੀ ਕੁਸ਼ਕ ਬੰਦਿਆਂ ਦੇ ਹੱਥ ਦਾ ਮੋਹਰਾ ਨਹੀਂ ਹੋਣਾ ਚਾਹੀਦਾ ਨਾ ਕੋਈ ਕੰਟਰੀ ਦੇ ਨਾ ਕੋਈ ਨਾ ਕੋਈ ਕੰਪਨੀ ਇਵਨ ਵਿਓ ਜਿਵੇਂ ਉਹਨਾਂ ਨੂੰ ਕਹਿੰਦੇ ਆ ਉਮਮੀ ਘੁੰਮੀ ਜਾਊਗਾ ਡਾਇਲ ਸਿਸਟਮ ਨਹੀਂ ਹੋਣਾ ਚਾਹੀਦਾ ਉਹ ਜਿੰਨਾ ਕਿ ਮੈਂ ਟੂਟੀ ਖੋਲੀ ਉਹਨਾਂ ਕ ਪਾਣੀ ਆਊਗਾ ਜਦੋਂ ਜਿੰਨਾ ਕਿ ਮੈਂ ਘਟਾਤਾ ਉਹਨਾਂ ਬੰਦ ਕਰਤੀ ਉਹਨਾਂ ਕੋਲ ਵੀ ਇਹ ਸਿਸਟਮ ਦੇ ਜਿਖਲਾਫ ਹਾਂ ਵੀ ਠੀਕ ਆ ਸਭ ਨੂੰ ਮਿਲੇ ਬਰਾਬਰ ਮਿਲੇ ਤੇ ਸਾਰੇ ਖੁਸ਼ੀ ਖੁਸ਼ੀ ਰਹਿਣ ਸੋ ਸਭ ਤੋਂ ਮੈਂ ਬੇਸਿਕਲੀ ਹੋਰ ਤਾਂ ਨਹੀਂ ਕੁਸ਼ਾਂ ਯਾ ਇੱਕ ਜਿਵੇਂ ਜਿਹੜਾ ਜਿਹੜਾ ਹੁਣ ਕਿਸਾਨ ਐਮਐਸਪੀ ਦੇ ਨਾਲ ਕਹਿੰਦੇ ਵੀ ਐਸੇ ਵੀ ਇਹ ਕਿਦਾਂ ਚੱਲੂਗਾ ਜਦੋਂ ਮਿਨਿਮਮ ਵੇਜ ਵਾਲਾ ਸੈਟਲਮੈਂਟ ਹੋਈ ਸੀ ਨਾ ਜਦੋਂ ਵੀ ਦੁਨੀਆ 'ਚ ਚੇਂਜ ਹੁੰਦੀ ਆ ਕਈ ਬੰਦੇ ਉਹਨੂੰ ਮੰਨਦੇ ਨਹੀਂ ਹੁੰਦੇ ਜਦੋਂ ਜਹਾਜ਼ ਪਹਿਲਾਂ ਪਲੇਨ ਲਾਂਚ ਕੀਤਾ ਲੋਕ ਕਹਿੰਦੇ ਸਾਡੇ ਸਿਰ ਦੇ ਉੱਪਰ ਨਹੀਂ ਜਾਣਾ ਚਾਹੀਦਾ ਜੇ ਡਿੱਗ ਪਿਆ ਸਾਡੇ ਤੇ ਪਹਿਲਾਂ ਟਾਂਗਾ ਸੀਗਾ ਟਾਂਗੇ ਵਾਲੇ ਕਹਿੰਦੇ ਵੀ ਜਦੋਂ ਗੱਡੀ ਆਊਗੀ ਟਾਂਗਾ ਨੰਗੂਗਾ ਵੀ ਗੱਡੀ ਵਾਲਾ ਸਾਈਡ ਤੇ ਲਾਉਣਾ ਚਾਹੀਦਾ ਹੈ ਠੀਕ ਆ ਵੀ ਕਿਉਂਕਿ ਗੱਡੀ ਦਾ ਕੀ ਪਤਾ ਇਹ ਤਾਂ ਇੰਜਣਾ ਇਹ ਤੇ ਕੀ ਭਰੋਸਾ ਆ ਉਹ ਤਾਂ ਕੰਟਰੋਲ ਕਰ ਸਕਦੇ ਆ ਆਪਾਂ ਟਾਂਗਾ ਦਾ ਜੀ ਇਹਨੂੰ ਐਂਟਰੀ ਇਨ ਕਰਦੇ ਆਂ ਟ੍ਰੇਨ ਕਰਦੇ ਆਂ ਗੱਡੀ ਦਾ ਕੀ ਆ ਹੌਲੀ 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 ਉਹ ਚੇਂਜਸ ਹੋਣ ਤੇ ਲੋਕਾਂ ਨੂੰ ਟਾਈਮ ਲੱਗਿਆ ਫਿਰ ਜਦੋਂ ਸੀਟ ਬੈਲਟ ਆਈ ਸੀਟ ਬੈਲਟ ਵਾਲੇ ਫਿਰ ਬਹੁਤ ਰੌਲਾ ਪਿਆ ਵੀ ਸੀਟ ਬੈਲਟ ਤਾ ਮਾਰਦੀ ਹੈ ਇਹਦੀ ਪ੍ਰੋਬਲਮ ਮੇਰੀ ਗੱਡੀ ਚ ਐਕਸੀਡੈਂਟ ਹੋ ਜਾਏ ਮੈਂ ਤਾਂ ਛਾਲ ਮਾਰ ਕੇ ਉੱਤਰ ਜਾਊਂਗਾ ਪਰ ਰੌਲੇ ਵਾਲੇ ਪਤਾ ਲੱਗਦਾ ਹੈ ਕਿ ਸੀਟ ਬੈਲਟ ਦੀ ਬਹੁਤ ਫਾਇਦਾ ਹੈ ਐਂ ਹੁਣ ਕਈ ਬੰਦੇ ਇਹਦੇ ਖਿਲਾਫ ਨੇ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਵੀ ਦਿਸ ਇਜ਼ ਵ ਤੇ ਪ੍ਰਮਾਤਮਾ ਸਫਲ ਕਰੇ ਤੇ ਜਿਹੜੇ ਅੱਜ ਭਰਾਵਾਂ ਨੇ ਸਾਨੂੰ ਤੋਲ ਪ੍ਰਦਾਨ ਜਾਣ ਦਿੱਤਾ ਉਹਨਾਂ ਦਾ ਥੈਂਕ ਯੂ ਤੇ ਯਾ ਬਸ ਤੇ ਅਸੀਂ ਇਹਦੇ ਇਧਰ ਰਿਲੇਟਡ ਹੋਰ ਵੀ ਬਹੁਤ ਕੁਝ ਕਰਨਾ ਹੈ ਫਿਲਹਾਲ ਅਸੀਂ ਇਹ ਬਿਹਾਈਂਡ ਦਾ ਸੀਨਸ ਕਰਕੇ ਤੇ ਕੁਝ ਹੋਰ ਵੀ ਅਸੀਂ ਚੈਨਲ ਤੇ ਪਾਈ ਜਾਵਾਂਗੇ ਬੇਸਿਕਲੀ ਹੁਣ ਤੇ ਸਾਰਿਆਂ ਦਾ ਜੀ ਧੰਨਵਾਦ ਥੈਂਕ ਯੂ ਬਾਏ ਬਾਏ